ਸੀ ਮੈਂ ਸੀਐਮ ਆਉਣ ਤੋਂ ਬਾਅਦ ਪੰਜਾਬ ਦੇ ਹਾਲਾਤ ਇਹ ਹੋ ਗਿਆ ਕਿ ਕੁਛ ਵੀ ਜੋ ਕਹਿੰਦੇ ਸੀ ਨਾ ਕਿ ਅਸੀਂ ਸਹੀ ਕਰ ਦਿਆਂਗੇ, ਉਹਦੇ ਉਲਟਾ ਹੋ ਰਿਹਾ। ਉਹਨਾਂ ਨੇ ਕਿਹਾ ਸੀ ਅਸੀਂ ਰਿਸ਼ਵਤ ਖਤਮ ਕਰ ਦਿਆਂਗੇ ਪੰਜਾਬ ਚੋਂ, ਉਹ ਸਰੇਆਮ ਹੋ ਗਈ, ਸਰੇਆਮ। ਉਹਨਾਂ ਨੇ ਕਿਹਾ ਸੀ ਡਰੱਗਸ ਖਤਮ ਕਰ ਦਿਆਂਗੇ, ਉਹ 3 ਗੁਣਾ ਜ਼ਿਆਦਾ ਵੱਧ ਗਈ। ਉਹਨਾਂ ਨੇ ਕਿਹਾ ਸੀ ਕਿ ਅਸੀਂ ਬਾਹਰੋਂ ਅਬਰੋਡ ਤੋਂ ਸਾਰੇ ਯੂਥ ਨੂੰ ਵਾਪਸ ਬੁਲਾਵਾਂਗੇ, ਲੋਕੀ ਜਹਾਜ ਭਰ ਭਰ ਕੇ ਆਉਣਗੇ, ਵਾਪਸ ਪੰਜਾਬ ਨੂੰ ਆਉਣਗੇ, ਅਸੀਂ ਇੱਦਾਂ ਦਾ ਪੰਜਾਬ ਚ ਬਦਲਾਵ ਲੈ ਕੇ ਆਵਾਂਗੇ। ਐਸਾ ਬਦਲਾਵ ਆਇਆ ਕਿ ਸਭ ਕੁਝ ਉਲਟਾ ਹੋ ਰਿਹਾ ਤੇ ਡਬਲ ਹੋ ਰਿਹਾ, ਦੁੱਗਣੇ ਕ੍ਰਾਈਮ, ਕ੍ਰਾਈਮ 10 ਗੁਣਾ ਹੋਰ ਵੱਧ ਗਿਆ। ਔਰ ਕਿਸੇ ਨਾਲ ਕੋਈ, ਮੈਨੂੰ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈਗੀ ਜਾਂ ਅਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਪਰ ਜੋ ਉੱਥੇ ਪ੍ਰਵਾਸੀਆਂ ਦੇ ਨਾਲ ਜਿੰਨਾ ਮਤਲਬ ਹਾਲਾਤ ਜਿੱਦਾਂ ਦੇ ਦੇਖਦੇ ਆ ਡੇਲੀ ਦੌਰਾਨ ਕਿ ਕਿੱਦਾਂ ਭਰਿਆ ਪਿਆ ਹਰ ਜਗ੍ਹਾ ਤੇ, ਔਰ ਉਹ ਸਭ ਤੋਂ ਜ਼ਿਆਦਾ ਕ੍ਰਾਈਮ ਉਹੀ ਕਰਦੇ ਆ, ਤੜਾ ਤੜ ਲੋਕਾਂ ਨੂੰ ਅੱਜ ਕੱਲ ਏਦਾਂ ਮਾਰਿਆ ਜਾ ਰਿਹਾ ਜਿੱਦਾਂ ਇਨਸਾਨਾਂ ਦੀ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਹੈਗੀ। ਮਤਲਬ ਕਮਾਲ ਕਰ ਦਿੱਤਾ ਕਿ ਬਦਲਾਵ ਬਦਲਾਵ ਦੇ ਚੱਕਰ ਚ ਤੁਸੀਂ ਐਸਾ ਬਦਲਾਵ ਲਿਆਏ ਕਿ ਦੁਨੀਆ ਪੰਜਾਬ ਜ਼ਿੰਦਗੀ ਭਰ ਯਾਦ ਰੱਖੂਗੀ ਇਸ ਬਦਲਾਵ ਨੂੰ, ਜ਼ਿੰਦਗੀ ਭਰ। ਵੈਲ, ਉਹਦੇ ਨਾਲ ਨਾਲ ਇੱਕ ਕੇਸ ਹੋਰ ਸਾਹਮਣੇ ਆਇਆ ਪਾਸਪੋਰਟ ਆਫਿਸ ਦਾ, ਜਲੰਧਰ ਦਾ ਪਾਸਪੋਰਟ ਆਫਿਸ। ਉੱਥੇ ਪਾਸਪੋਰਟ ਵਿਕਦੇ ਆ, ਜਿਹਨੇ ਖਰੀਦਣੇ ਆ, ਜਿਨ੍ਹਾਂ ਨੂੰ ਪਾਸਪੋਰਟ ਨਹੀਂ ਮਿਲ ਰਹੇ, 30,000, 40,000, 45,000, 80,000 ਦੀ ਕੀਮਤ ਤੱਕ ਨਾਰਮਲ ਅਸਲੀ ਲੀਗਲ ਪਾਸਪੋਰਟ ਵਿਕਦੇ ਆ। ਜਿਹਨੂੰ ਚਾਹੀਦੇ ਆ ਜਾ ਕੇ ਖਰੀਦ ਸਕਦਾ, ਚਾਹਵਨ ਸਾਰੇ ਜਾ ਸਕਦੇ ਆ। ਜਿਨ੍ਹਾਂ ਜਿਨ੍ਹਾਂ ਨੇ ਉੱਡਣਾ ਨਾ ਅਮੈਰੀਕਾ, ਕੈਨੇਡਾ, ਯੂਰਪ ਦੀਆਂ ਫਲਾਈਟਾਂ ਫੜਨੀਆਂ, ਫਟਾਫਟ ਜਾਓ ਜਲੰਧਰ ਪਾਸਪੋਰਟ ਆਫਿਸ। ਬਾਹਰ ਜਾਓ ਤੁਹਾਨੂੰ 2-3 ਸਰਦਾਰ ਜੀ ਮਿਲਣਗੇ। ਹੁਣ ਮੈਨੂੰ ਨਹੀਂ ਪਤਾ ਕਿ ਉਹ ਐਕਚੁਅਲ ਚ ਸਰਦਾਰ ਆ ਜਾਂ ਜਸਟ ਸਰਦਾਰਾਂ ਨੂੰ ਬਦਨਾਮ ਕਰਨ ਲਈ ਪੱਗਾਂ ਬੰਨਦੇ ਆ, ਬਟ ਉੱਥੇ ਮਿਲਣਗੇ ਤੁਹਾਨੂੰ। ਪੁੱਛਿਓ ਪਾਸਪੋਰਟ ਦੀ ਕੀਮਤ ਕੀ ਆ, ਕੀਮਤ ਵੀ ਮਿਲ ਜਾਏਗੀ ਤੇ ਪਾਸਪੋਰਟ ਵੀ ਇਮੀਡੀਏਟਲੀ ਆ ਦੇਣਗੇ ਤੁਹਾਨੂੰ। ਇਹ ਚੱਲ ਰਿਹਾ, ਪਰ ਇਹਦੇ ਨਾਲ ਨਾਲ ਨੁਕਸਾਨ ਕਿੰਨਾ ਦਾ ਹੋ ਰਿਹਾ। ਜਿਹੜੇ ਉੱਥੇ ਬਜ਼ੁਰਗ ਪੇਰੈਂਟਸ ਬੈਠੇ ਆ 70-70-80-80 ਸਾਲ ਦੇ, ਜਿਨ੍ਹਾਂ ਨੇ ਸ਼ਾਇਦ ਰੀਨਿਊ ਕਰਨ ਲਈ ਪਾਸਪੋਰਟ ਦਿੱਤੇ ਆ ਜਾਂ ਨਿਊ ਪਾਸਪੋਰਟ ਅਪਲਾਈ ਕੀਤੇ ਆ ਤੇ ਉਹ ਇੰਤਜ਼ਾਰ ਕਰ ਰਿਹਾ ਸਾਲ ਸਾਲ ਭਰ ਤੋਂ ਘਰੇ ਬੈਠ ਕੇ ਕਿ ਪਾਸਪੋਰਟ ਆ ਜਾਣਗੇ, ਪਾਸਪੋਰਟ ਆਫਿਸ ਦੇ ਚੱਕਰ ਲਾ ਰਿਹਾ। ਉਹਨਾਂ ਚੀਜ਼ਾਂ ਦਾ ਸਾਹਮਣੇ ਖੁਲਾਸਾ ਇਹ ਆਇਆ ਕਿ ਉਹਨਾਂ ਨੂੰ ਹੁਣ ਉਹ ਇਨਸਾਨ ਬਾਹਰ ਪਾਸਪੋਰਟ ਆਫਿਸ ਦੇ ਬਾਹਰ ਮਿਲਦੇ ਆ ਔਰ ਉਹ ਤੁਹਾਨੂੰ ਆ ਕੇ ਕਹਿੰਦੇ ਆ ਹਾਂਜੀ ਮਾਤਾ ਜੀ ਤੁਹਾਡਾ ਕੰਮ ਨਹੀਂ ਹੋਇਆ, ਨਹੀਂ ਪੁੱਤ ਨਹੀਂ ਹੋਇਆ, 30,000-40,000 ਲੱਗੂਗਾ ਤੁਹਾਡਾ ਪਾਸਪੋਰਟ ਬਣ ਜੂਗਾ, 15 ਦਿਨਾਂ ਚ ਤੁਹਾਡਾ ਪਾਸਪੋਰਟ ਤੁਹਾਡੇ ਘਰੇ ਪਹੁੰਚਾ ਦਿਆਂਗੇ। ਔਰ ਪਤਾ ਤੇ ਹੁਣ ਸਭ ਨੂੰ ਅੰਦਰੋਂ ਅੰਦਰ ਇਹ ਹੈ ਕਿ ਰਿਸ਼ਵਤ ਹੈ, ਬਟ ਫਿਰ ਵੀ ਐਕਸਕਿਊਜ਼ ਦਿੱਤਾ ਜਾਂਦਾ ਇਹ ਵਕੀਲ ਦੀ ਫੀਸ ਹੈ, ਸਾਡਾ ਵਿੱਚੋਂ ਕੁਛ ਨਹੀਂ ਆ। ਪਰ ਵਕੀਲ ਕਿੱਥੇ ਚਾਹੀਦਾ ਹੈ ਪਾਸਪੋਰਟ ਅਪਲਾਈ ਕਰਨ ਲਈ, ਪਾਸਪੋਰਟ ਇਸ਼ੂ ਕਰਨਾ, ਪਾਸਪੋਰਟ ਆਫਿਸ ਚੋਂ ਪਾਸਪੋਰਟ ਮਿਲਣਾ, ਵਕੀਲ ਦੀ ਕਿੱਥੇ ਜ਼ਰੂਰਤ ਆ, ਕਿਹੜੇ ਕੇਸ ਲੜਨੇ ਆ ਵਕੀਲ ਨੇ? ਅੱਜ ਤੱਕ ਤੇ ਕਦੇ ਹੋਇਆ ਨਹੀਂ ਸੀਗਾ ਕਿ ਪਾਸਪੋਰਟ ਅਪਲਾਈ ਕਰੋ ਤੇ ਤੁਹਾਨੂੰ ਵਕੀਲ ਦੀ ਜ਼ਰੂਰਤ ਪੈਂਦੀ ਆ। ਸੋ ਇਹ ਐਕਸਕਿਊਜ਼ ਦਿੱਤੇ ਜਾਂਦੇ ਆ ਬਜ਼ੁਰਗਾਂ ਨੂੰ ਖਾਸ ਕਰਕੇ, ਕਿਉਂਕਿ ਬਜ਼ੁਰਗਾਂ ਨੂੰ ਬੇਵਕੂਫ ਬਣਾਉਣਾ ਸੌਖਾ ਗਾ, ਉਹ ਭੋਲੇ ਭਾਲੇ ਹੁੰਦੇ ਆ। ਹੁਣ ਜਿਨ੍ਹਾਂ ਨੂੰ ਜਲਦੀ ਆ ਜਾਂ ਜਿਨ੍ਹਾਂ ਨੂੰ ਕਹਿ ਲਓ ਕਿ ਜਿਨ੍ਹਾਂ ਦੇ ਹਾਲਾਤ ਉਦਾਂ ਦੇ ਕਿ ਉਹਨਾਂ ਦੇ ਪਿੱਛੇ ਕੋਈ ਹੈ ਨਹੀਂ ਇੰਡੀਆ, ਉਹਨਾਂ ਦੀ ਦੇਖ ਰੇਖ ਕਰਨ ਵਾਲਾ, ਉਹਨਾਂ ਦੇ ਬੱਚੇ ਬਾਹਰ ਬੈਠੇ ਆ ਔਰ ਉਹਨਾਂ ਲਈ ਜ਼ਰੂਰੀ ਆ ਕਿ ਉਹ ਪਾਸਪੋਰਟ ਉਹਨਾਂ ਨੂੰ ਮਿਲ ਜਾਏ ਤੇ ਉਹ ਆਪਣੇ ਬੱਚਿਆਂ ਕੋਲੇ ਜਾ ਸਕਣ, ਉਹਨਾਂ ਨੂੰ ਜਦੋਂ ਭਾਫ ਜਾਂਦੇ ਆ ਇਸ ਚੀਜ਼ ਨੂੰ ਕਿ ਓਕੇ ਇਕੱਲੇ ਆ, ਉਦੋਂ ਜ਼ਿਆਦਾ ਕੀਮਤ ਮੰਗਦੇ ਆ ਤੇ ਉਦੋਂ ਐਕਸਕਿਊਜ਼ ਵੀ ਬੜੇ ਵੱਖਰੇ ਵੱਖਰੇ ਦਿੰਦੇ। ਹੁਣ ਉਹ ਵੀ ਵਿਚਾਰੇ ਕੀ ਕਰਨ, ਫਸੇ ਹੋਏ ਆ, ਪਰ ਸਾਲ ਸਾਲ ਬੈਠੇ ਹੋ ਗਏ ਨਾਰਮਲ ਲੋਕਾਂ ਨੂੰ ਉੱਥੇ, ਬਜ਼ੁਰਗਾਂ ਨੂੰ, ਬੈਠਿਆਂ ਨੂੰ ਸਾਲ ਸਾਲ ਤੋਂ ਉੱਪਰ ਟਾਈਮ ਹੋ ਗਿਆ, ਜਿਹੜੇ ਸਿਰਫ ਇੰਤਜ਼ਾਰ ਕਰ ਰਹੇ ਆ ਕਿ ਬਿਨਾਂ ਰਿਸ਼ਵਤ ਦਿੱਤੇ ਹੋਏ ਨਾਰਮਲੀ ਪਾਸਪੋਰਟ ਅਪਲਾਈ ਕੀਤਾ, ਸਾਰਾ ਕੁਝ ਕਲੀਅਰ ਹੋ ਚੁੱਕਿਆ, ਉਹਨਾਂ ਨੂੰ ਪਾਸਪੋਰਟ ਮਿਲ ਜਾਏ।
ਪਰ ਹੁਣ ਉਮੀਦ ਜਾਣ ਦੀ ਲੱਗ ਰਹੀ ਆ ਕਿ ਪਾਸਪੋਰਟ ਬਿਨਾਂ ਪੈਸੇ ਦਿੱਤੇ ਮਿਲੂਗਾ। ਸੋ ਮੈਨੂੰ ਨਹੀਂ ਪਤਾ ਕਿ ਇਹ ਇੰਡੀਆ ਦਾ ਜਾਂ ਪੰਜਾਬ ਦਾ ਕਿਹੜੀ ਗੌਰਮੈਂਟ ਹੈ ਜਿਨ੍ਹਾਂ ਦਾ ਇਹ ਫੰਡ ਹੈਗਾ ਕਿ ਪਾਸਪੋਰਟ ਵੇਚੇ ਜਾਣਗੇ। ਅਪਲਾਈ ਕਰੋ, ਯੂ ਆਰ ਨਾਟ ਗੋਇੰਗ ਟੂ ਗੈਟ ਦੈਟ। ਤੁਹਾਨੂੰ ਪਾਸਪੋਰਟ ਮਿਲਣਗੇ ਜੇ ਤੁਸੀਂ 40,000 45,000 ਇਸ ਤੋਂ ਉੱਪਰ ਜਿੰਨੀ ਵੀ ਕੀਮਤ ਦਿਓਗੇ ਉਨੀ ਜਲਦੀ ਪਾਸਪੋਰਟ ਤੁਹਾਨੂੰ ਮਿਲ ਜੂਗਾ। ਸੋ ਕਿਸ ਬਦਲਾਵ ਦੀ ਗੱਲ ਕਰ ਰਹੇ ਹਾਂ? ਆਈ ਡੋਂਟ ਨੋ, ਪਰ ਮੈਂ ਇਸ ਚੀਜ਼ ਲਈ ਜ਼ਰੂਰ ਕਹਾਂਗੀ ਕਿ ਮੇਰੀ ਇਹ ਵੀਡੀਓ ਤੁਸੀਂ ਇੰਡੀਆ ਤੱਕ ਪਹੁੰਚਾ ਦਿਓ ਪਲੀਜ਼, ਤਾਂ ਕਿ ਅਗਰ ਜਾਗਦੀ ਜ਼ਮੀਰ ਵਾਲੇ ਜਿਹੜੇ ਰਿਪੋਰਟਰਸ ਹੈਗੇ ਆ ਇਸ ਖਬਰ ਨੂੰ ਨਿਊਜ਼ ਬਣਾ ਕੇ ਇਹਨੂੰ ਅੱਗੇ ਪਹੁੰਚਾ ਸਕਣ, ਔਰ ਅਗਰ ਉਹਨਾਂ ਨੂੰ ਗਵਾਹ ਚਾਹੀਦੇ ਹੋਣਗੇ ਦੱਸ ਦਿਓ, ਤੁਹਾਡੇ ਲਈ ਗਵਾਹ ਵੀ ਲਿਆ ਕੇ ਖੜੇ ਕਰ ਦਿਆਂਗੇ। ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਆ, ਜਿਨ੍ਹਾਂ ਨੇ ਦੇਣੇ ਆ, ਜਿਨ੍ਹਾਂ ਤੋਂ ਮੰਗੇ ਜਾ ਰਹੇ ਆ, ਉਹ ਸਾਰੇ ਆ ਕੇ ਦੱਸ ਵੀ ਸਕਦੇ ਵੀ ਸਾਡੇ ਤੋਂ ਪੈਸੇ ਕਿੰਨੇ ਮੰਗੇ ਗਏ ਆ ਇੱਕ ਸਿੰਪਲ ਨਾਰਮਲ ਪਾਸਪੋਰਟ ਕਢਵਾਉਣ ਲਈ, ਤੇ ਉਹ ਕਿਹੜੇ ਕਿਹੜੇ ਬੰਦੇ ਆ ਉਹ ਵੀ ਸਾਹਮਣੇ ਆ ਕੇ ਦੱਸ ਦੇਣਗੇ। ਸੋ ਇਸ ਕਰਕੇ ਸਿਰਫ ਇੱਕ ਨਿਊਜ਼ ਬਣਾ ਪਹੁੰਚਣੀ ਚਾਹੀਦੀ ਆ ਤਾਂ ਕਿ ਪਾਸਪੋਰਟ ਆਫਿਸ ਚ ਜਿਹੜੀ ਧੋਖਾਧੜੀ ਚੱਲ ਰਹੀ ਆ, ਪਾਸਪੋਰਟਾਂ ਨੂੰ ਵੇਚਿਆ ਜਾ ਰਿਹਾ, ਉਹਦੀ ਖਬਰ ਬਾਹਰ ਨਿਕਲ ਸਕੇ, ਲੋਕਾਂ ਨੂੰ ਪਤਾ ਲੱਗ ਸਕੇ, ਤੇ ਸ਼ਾਇਦ ਹੋਰ ਵੀ ਬਹੁਤ ਲੋਕ ਆ ਜਿਹੜੇ ਉੱਠ ਕੇ ਆ ਸਕਣ, ਆਵਾਜ਼ ਉਠਾ ਸਕਦੇ ਆ, ਦੱਸ ਸਕਦੇ ਆ ਆਪਣੀ ਕਹਾਣੀ ਕਿ ਉਹਨਾਂ ਨੇ ਕਿੰਨੇ ਪੇ ਕੀਤੇ ਪਾਸਪੋਰਟ ਲੈਣ ਲਈ।